a South Asian Canadian channel. ਕਹਿ ਕੇ ਮੈਂ ਨੰਗੇ ਪੈਰੀ ਚੱਲ ਕੇ ਆਉਣ ਨੂੰ ਤਿਆਰ ਆ ਉੱਥੇ ਜਾਵਾਂਗਾ ਤੇ ਹਰ ਹੀਲੇ ਕਿਸਾਨ ਸਾਡਾ ਸਾਡੇ ਪੰਜਾਬ ਦਾ ਅਸੀਂ ਉਸ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ। ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਲੰਗੜੇ ਕੀਤੇ ਹੈ ਕਾਨੂੰਨ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਮੈਂ ਵੀ ਮੰਗ ਕਰਦਾ ਤੁਰੰਤ ਇਹਨਾਂ ਨੂੰ ਮੂਲ ਜੜ ਤੋਂ ਰੱਦ ਕਰ ਦਿੱਤਾ ਜਾਵੇ। ਇਹ ਬਹੁਤ ਜ਼ਰੂਰੀ ਹੈ, ਲੰਗੜੇ ਵੀ ਅਸੀਂ ਰਹਿਣ ਨਹੀਂ ਦੇਣੇ। ਅਸੀਂ ਅਜਿਹੇ ਕਾਲੇ ਕਾਨੂੰਨ ਜਿਹੜੇ ਬਣੇ ਆ, ਪਿਛਲੀ ਜਦੋਂ ਇਹ ਕੈਬਨਿਟ ਮੀਟਿੰਗ ਹੋਈ ਸੀ ਤਾਂ ਉਹਦੇ ਵਿੱਚ ਮੈਂ ਉਹ ਸ਼ਖਸ ਸੀ ਜਿਹਨੇ ਵਿਰੋਧ ਕੀਤਾ ਸੀ ਕਿ ਜੀ ਇਹ ਸੋਧ ਨਾ ਕਰੋ, ਇਹਨੂੰ ਮੂਲ ਤੋਂ ਰੱਦ ਕਰ ਦਿਓ। ਲੇਕਿਨ ਪਾਵਰਾਂ ਮੁੱਖ ਮੰਤਰੀ ਜੀ ਨੂੰ ਦੇ ਦਿੱਤੀਆਂ ਗਈਆਂ ਕੈਬਨਿਟ ਦੇ ਵਿੱਚ ਕਿ ਜੋ ਕਰਨਗੇ ਉਹੀ ਹੋਏਗਾ। ਉਹਨਾਂ ਨੇ ਇਹਨਾਂ ਨੂੰ ਸੋਧ ਕਰਤੀ। ਮੈਂ ਅੱਜ ਫਿਰ ਕਹਿੰਦਾ ਕਿ ਸੈਸ਼ਨ ਜਲਦ ਤੋਂ ਜਲਦ ਬੁਲਾ ਕੇ ਇਹਨਾਂ ਨੂੰ ਮੂਲ ਤੋਂ ਰੱਦ ਕੀਤਾ ਜਾਵੇ। ਸਮਾਂ ਬਹੁਤ ਘੱਟ ਰਹਿ ਗਿਆ ਇਲੈਕਸ਼ਨ ਦੇ ਵਿੱਚ ਤੇ ਕਾਨੂੰਨ ਰੱਦ ਹੋਣ ਵਾਲੇ ਬਹੁਤ ਨੇ ਪੀਪੀਏ ਵੀਰ ਜੀ। ਇੱਕ ਦਿਨ ਵੀ ਬਹੁਤ ਹੁੰਦਾ, ਇੱਕ ਦਿਨ ਵੀ ਬਹੁਤ ਹੁੰਦਾ। ਇਹ ਲਗਾਤਾਰ ਚੱਲ ਰਿਹਾ, ਲਗਾਤਾਰ ਚੱਲ ਰਿਹਾ। ਇੱਕ ਵਿਉਂਤਬੰਦ ਤਰੀਕੇ ਦੇ ਨਾਲ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦਾ ਹੱਲ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ, ਜਿਹੜੇ ਸਾਡੇ ਅੜੇ ਹੋਏ ਹੈ, ਜਿਹੜੇ ਸਾਡੇ ਮਸਲੇ ਬਾਦਲਾਂ ਨਾਲ ਟਕਰਾਉਂਦੇ ਹੈ ਉਹ ਲਟਕ ਰਹੇ ਹੈ। ਅਸੀਂ ਉਹ ਲਟਕਣ ਨਹੀਂ ਦੇਣੇ, ਅਸੀਂ ਉਹਨਾਂ ਦਾ ਹੱਲ ਕੱਢ ਕੇ ਰਹਿਣਾ ਹੈ ਔਰ ਕੱਢ ਕੇ ਰਹਾਂਗੇ। ਵੀਰ ਜੀ, ਕਿਸੇ ਦੇ ਘਰੇ ਤਾਂ ਸਭ ਖਰਾਬ ਨਹੀਂ ਹੁੰਦੀ। ਮਦਨ ਲਾਲ ਜਲਾਲਪੁਰ ਦੇ ਨਾਲ ਹਲਕੇ ਦੀ ਪੰਜਾਬ ਦੇ ਲੋਕ ਹੈ, ਜਿਸ ਕਦ ਦੇ ਮਦਨ ਲਾਲ ਜੀ ਉੱਪਰ ਨਿਕਲ ਕੇ ਆਏ ਹੈ। ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ, ਲੇਕਿਨ ਸੱਚ ਹਮੇਸ਼ਾ ਉੱਪਰ ਆ। A South Asian Canadian channel.